ਹੁਸ਼ਿਆਰਪੁਰ ਦੇ ਪਿੰਡ ਲਾਲਵਨ ਦੇ ਵਾਸੀਆਂ ਨੇ ਜੰਗਲ ਵਿਭਾਗ ਦੇ ਕਰਮਚਾਰੀਆਂ ਤੇ ਇਲਜ਼ਾਮ ਲਗਾਏ ਨੇ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜੰਗਲ ਵਿਭਾਗ ਦੇ ਵੱਲੋਂ ਜੰਗਲ ਚੋਂ ਕਈ ਦਰਖਤ ਕੱਟੇ ਜਾ ਰਹੇ ਨੇ, ਜਿਨ੍ਹਾਂ 'ਚ ਸਾਗਵਾਨ ਵਰਗੇ ਕੀਮਤੀ ਦਰਖਤ ਵੀ ਨੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਜੰਗਲ ਵਿਭਾਗ ਦੇ ਵੱਲੋਂ ਚੋਰੀ ਦਰਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ, ਤਾਂ ਉਹਨਾਂ ਇਸ ਦੀ ਸੂਚਨਾ DFO ਹੁਸ਼ਿਆਰਪੁਰ ਨੂੰ ਦਿੱਤੀ, ਪਰ ਉਹਨਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਜੋ ਦਰਖਤ ਸੀ, ਇੱਥੇ ਮੋਟੇ ਦਰਖਤ ਸੀਗੇ, ਸਾਗਵਾਨ ਸੀ, ਡੇਕ ਸੀ ਅਤੇ ਨਾਲ ਸਫੈਦਾ ਸੀ। ਉਹ ਇਹਨਾਂ ਨੇ ਉੱਪਰੋਂ ਪਹਿਲਾਂ ਵੱਢਿਆ, ਉਹ ਤੋਂ ਬਾਅਦ ਕੱਲ੍ਹ ਇਹਨਾਂ ਨੇ ਇਹ ਮਤਲਬ JCB ਮਸ਼ੀਨ ਲਿਆ ਕੇ ਕੱਲ੍ਹ ਇਹ ਪਟਵਾ ਤਾ। ਉਸ ਵੇਲੇ 10 ਟਾਈਮ ਨਹੀਂ ਸੀਗੇ, 10 ਟਾਈਮ ਤੋਂ ਬਾਅਦ ਇਹਨਾਂ ਨੇ ਇਹ ਸ਼ਾਮ ਨੂੰ ਪਟਾ ਕੇ ਤਾਂ ਇਹ ਮਤਲਬ ਸਾਰਾ ਜਿਹੜਾ ਇਹ ਪਟਾਈ ਕੀਤੀ ਹੈ। ਇਸ ਤੋਂ ਬਾਅਦ ਇਹ ਜੰਗਲਾਤ ਦਾ ਮਤਲਬ ਇਹ ਚੀਜ਼ ਬਣਦੀ ਹੈ, ਇਹ ਮਤਲਬ ਬੂਟੇ ਲਾਉਣ ਦਾ, ਅਤੇ ਕਿਉਂਕਿ ਪ੍ਰਦੂਸ਼ਣ ਰੋਕਣ ਵਾਸਤੇ ਇਹ ਅਸੀਂ ਇਹ ਬੂਟੇ ਲਵਾ ਰਹੇ ਹਾਂ, ਬਲਕਿ ਇਹ ਮਹਿਕਮਾ ਇਸ ਕਰਕੇ ਇਹ ਹੁਣ ਜਿਹੜੇ ਬੂਟੇ ਆ ਆਪ ਪਟਾ ਰਿਹਾ। ਸੋ ਇਸ ਕਰਕੇ ਇਹਦੇ ਵਿੱਚ ਸਾਨੂੰ ਬੜੇ ਦੁੱਖ ਦੀ ਗੱਲ ਆ ਪਿੰਡ ਵਾਸੀਆਂ ਵਾਸਤੇ ਵੀ, ਕਿਉਂਕਿ ਇਹ ਮਹਿਕਮਾ ਆਪ ਹੀ ਜਦ ਇਹ ਕੰਮ ਕਰ ਰਿਹਾ ਤਾਂ ਲੋਕਾਂ ਦਾ ਕੀ ਬਣੂਗਾ। ਮੈਂ ਸੁਰਿੰਦਰਪਾਲ, ਪਿੰਡ ਲਲਵਾਂ, ਸਾਬਕਾ ਪੰਚ ਪੰਚਾਇਤ ਮੈਂਬਰ ਹਾਂ ਅਤੇ ਪੰਚਾਇਤ ਦੀ ਪ੍ਰੋਪਰਟੀ ਦੇ ਵਿੱਚ ਕੁਛ ਕੀਮਤੀ ਲੱਕੜ ਸੀ, ਸਫੈਦਾ ਸੀ, ਡੇਕ ਸੀ, ਸਾਗਵਾਨ ਸੀ। ਇਹ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੇ ਇਹ ਜਿਹੜੀ ਲੱਕੜੀ ਸੀ ਇਹ ਛੁੱਟੀ ਵਾਲੇ ਦਿਨ, ਐਤਵਾਰ ਵਾਲੇ ਦਿਨ ਕਟਾ ਕੇ ਇਹ ਬੇਇੱਜ਼ਤੀ ਕਿਹਨੂੰ ਵੇਚੀ, ਕੀ ਕੀਤਾ, ਜਾਂ ਪੈਸੇ ਉਹਨੇ ਆਪਣੇ ਆਪ ਰੱਖੇ, ਜਾਂ ਕਿਵੇਂ ਕਿਹਨੂੰ ਕਿਸ ਜਮ੍ਹਾਂ ਕਰਾਏ ਆ, ਜਾਂ ਸਰਕਾਰੀ ਫੰਡ ਦੇ ਵਿੱਚ, ਇਹ ਪਤਾ ਨਹੀਂ ਹੈ। ਇਹ ਲੱਕੜੀ ਉਹਨੀ ਚੋਰੀ ਕਰਕੇ ਇੱਥੇ ਲੱਕੜੀ ਲੈ ਗਿਆ ਸੀ, ਜਿਹੜੀ ਲੱਕੜ ਵੱਢੀ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਅਸੀਂ 2 ਗੱਡੀਆਂ ਲੱਦੀਆਂ ਸੀਗੀਆਂ, ਇੱਕ ਗੱਡੀ ਅਸੀਂ ਰਾਤ ਵਾਪਸ ਲਾ ਦਿੱਤੀ ਹੈ ਜਿਸ ਵੇਲੇ ਦੀ ਸ਼ਿਕਾਇਤ ਹੋ ਚੁੱਕੀ ਸੀ। ਇਹਨਾਂ ਨੂੰ ਜੰਗਲਾਤ ਮਹਿਕਮੇ ਦਾ ਸਿਰਫ ਫਰਜ਼ ਬਣਦਾ ਆ ਬੂਟੇ ਲਗਾਉਣ ਦਾ, ਵੱਢਣ ਦਾ ਅਧਿਕਾਰ ਇਹਨਾਂ ਕੋਲ ਨਹੀਂ ਹੈ। ਜੰਗਲ ਦੇ ਵਿੱਚ ਵੀ ਜੋ ਬੂਟੇ ਲੱਗਦੇ ਆ ਉਹ ਵੀ ਪੰਚਾਇਤ ਹੀ ਵੇਚਦੀ ਹੈ, ਅੱਜ ਤੱਕ ਕਿਸੇ ਵੀ ਮਹਿਕਮੇ ਦੇ ਨੇ ਨਹੀਂ ਵੱਢੀ। ਇਹ ਜਿਹੜੇ ਹੁਣ ਅਧਿਕਾਰੀ ਆਏ ਆ ਇਹ ਖੁਦ ਲੱਕੜੀ ਬੂਟੇ ਲਵਾਉਂਦੇ ਨਹੀਂ, ਸਿਰਫ ਵੱਢਣ ਦਾ ਕੰਮ ਕਰਦੇ ਆ। ਹੁਸ਼ਿਆਰਪੁਰ ਤੋਂ ਅੰਕੁਸ਼ ਗੋਇਲ ਦੀ ਰਿਪੋਰਟ, ਦੈਨਿਕ ਸਵੇਰਾ TV।